ਬ੍ਰੇਕ ਤੋਂ ਬਾਅਦ ਤੁਹਾਡਾ ਮੁੜ ਸਵਾਗਤ ਹੈ ਜੀ ਪ੍ਰੋਗਰਾਮ ਚਲੰਤ ਮਾਸਟਰ ਜੀ। ਤੁਸੀਂ ਸੁਖਦੇਵ ਸਿੰਘ ਗੱਲ ਕਰ ਰਹੇ ਸੀ, ਵਿੱਚ ਮੈਂ ਪੁੱਛ ਰਿਹਾ ਸੀ ਜੇ ਉਹ ਪੈਸਾ ਆ ਵੀ ਜਾਵੇ ਤਾਂ ਬਾਕੀ ਪੈਸਾ ਕਿੱਥੋਂ ਆਊਗਾ? ਨਹੀਂ, ਅਸੀਂ ਇਹ ਨਹੀਂ ਹੈਗਾ ਵੀ ਕੋਈ ਅਸੀਂ ਉਸੇ 'ਤੇ ਹੀ ਕਰ ਰਹੇ ਹਾਂ। ਦੇਖੋ, ਇੱਕ ਅੱਜ ਸਭ ਤੋਂ ਵੱਡੀ ਜਿਹੜੀ ਮਾਰ ਇੱਕ ਦੂਜੀ ਜਿਹੜੀ ਪੈ ਰਹੀ ਹੈ ਉਹ ਹੈ ਵੀ ਅੱਜ ਸਾਡੇ ਟੋਟਲ ਦੇਸ਼ ਦੀ ਜਿਹੜੀ ਵਿੱਤੀ ਹਾਲਤ ਆ ਉਹ ਮਾੜੀ ਹੈ। ਸਾਡਾ ਜਿਹੜੀ ਜੀ ਡੀ ਪੀ ਆ ਉਹ 8% ਤੋਂ 5% 'ਤੇ ਆ ਗਈ ਔਰ 5 ਤੋਂ ਵੀ ਥੱਲੇ ਜਾ ਰਹੀ ਹੈ। ਹੁਣ ਮੈਂ ਇੱਕ ਦਿਨ ਇੱਕ ਪਤਾ ਨਹੀਂ, ਦੇਖੋ ਗੱਲ ਇਲਜ਼ਾਮ ਤਰਾਸ਼ੀ ਜ਼ਰੂਰ ਕਰਨੀ ਚਾਹੀਦੀ ਹੈ ਪਰ ਉਹਦਾ ਕੋਈ ਬੇਸ ਤਾਂ ਹੋਵੇ। ਮੈਂ ਇੱਕ ਅਕਾਲੀ ਦਲ ਬੀ ਜੇ ਪੀ ਦਾ ਜਿਹੜਾ ਇੱਕ ਬੁਲਾਰਾ ਸਾਹਿਬਾਨ ਕਹਿ ਰਹੇ ਸੀ ਵੀ ਆਟੋਮੋਬਾਈਲ 'ਚੋਂ ਘੱਟ ਕੇ, ਵੀ ਆਟੋਮੋਬਾਈਲ 'ਤੇ ਜਦੋਂ ਆਲ ਓਵਰ ਇੰਡੀਆ 35% ਉਹਨਾਂ ਦੀ ਰਿਸੈਸ਼ਨ ਆ ਗਿਆ, ਘੱਟ ਵਿਕ ਰਹੀਆਂ ਗੱਡੀਆਂ ਅਤੇ ਨੈਚੁਰਲ ਦੇ ਰਜਿਸਟਰੇਸ਼ਨ ਦੇ ਪੈਸੇ ਘੱਟਣਗੇ ਅਤੇ ਉਹ ਪੰਜਾਬ ਕੋਈ ਵੱਖਰਾ ਤਾਂ ਹੈ ਨਹੀਂ ਦੇਸ਼ ਤੋਂ। ਜੇ ਆਲ ਓਵਰ ਇੰਡੀਆ 35-38% ਜੇ ਹੈਗੀ ਆ ਗੱਡੀਆਂ ਦੀ ਸੇਲ ਘੱਟ ਗਈ ਆਟੋਮੋਬਾਈਲ ਦੇ ਵਿੱਚ, ਕਾਰਾਂ ਦੀ ਜਾਂ ਹੋਰ ਚੀਜ਼ਾਂ ਦੀ, ਤਾਂ ਉਹ ਸਾਡੇ ਸੂਬੇ ਦੇ ਵਿੱਚ ਵੀ ਉਹ ਸਾਡਾ ਪ੍ਰਭਾਵ ਪੈਂਦਾ। ਦੇਖੋ, ਬਿਲਕੁਲ ਇਹ ਗੱਲ ਠੀਕ ਹੈ, ਇਸ ਰਿਸੈਸ਼ਨ ਦੀ ਮਾਰ ਕਰਕੇ ਮਕਾਨ ਨਹੀਂ ਜਿਹੜੇ ਹੈਗੇ ਅੱਧੇ, ਤਾਂ ਉਹ ਜਿਵੇਂ ਹੁਣ ਸੈਂਟਰ ਗੌਰਮੈਂਟ ਖੁਦ ਮੰਨਦੀ ਹੈ ਵੀ ਅਸੀਂ 1000 ਕਰੋੜ ਰੁਪਈਆ ਜਿਹੜੇ ਮਕਾਨ ਵਿੱਚ ਛੱਡ ਕੇ ਚਲੇ ਗਏ ਬਿਲਡਰ ਉਹਨਾਂ ਨੂੰ ਦੇ ਰਹੇ ਹਾਂ, ਅਤੇ ਉਹ ਤਾਂ ਹੀ ਦੇ ਰਹੇ ਨੇ ਜੇ ਛੱਡ ਕੇ ਚਲੇ ਗਏ, ਰਿਸੈਸ਼ਨ ਹੈ, ਵਿਕ ਨਹੀਂ ਰਹੇ, ਔਰ ਉਹਦਾ ਜਿਹੜਾ ਉਸ ਮੰਦੇ ਦਾ ਜਿਹੜਾ ਮਾਰ ਹੈ ਉਹ ਸਾਡੇ ਸੂਬੇ 'ਤੇ ਵੀ ਪੈ ਰਿਹਾ। ਔਰ ਉਹਦੇ ਨਾਲ ਸਾਡੀ ਟੈਕਸ, ਮੈਂ ਗੱਲ ਦੱਸ ਰਿਹਾ, ਸਾਡੀ ਟੈਕਸ ਕਲੈਕਸ਼ਨ ਵੀ ਘਟੀ ਹੈ। ਇੱਕ ਜਿਵੇਂ ਪ੍ਰੈਸ ਸਾਹਿਬ ਕਹਿ ਰਹੇ ਸੀ ਨਾ ਵੀ ਉਹ ਇਹ ਗੱਲ ਕਹਿੰਦੇ ਆ ਵੀ ਉਹਨਾਂ ਦਾ ਤਾਂ ਜੀ ਐਸ ਟੀ ਦਾ ਜਿਹੜਾ ਆਪਦਾ ਟੀਚਾ ਸੀ ਉਹ ਤਾਂ ਕਿਤੇ ਥੱਲੇ ਆ ਗਏ। ਨਹੀਂ, ਸਰਕਾਰ ਸੈਂਟਰ ਗੌਰਮੈਂਟ ਲੈ ਕੇ ਨਹੀਂ ਮੰਨਦੇ, ਗੌਰਮੈਂਟ ਦਾ ਜਿਹੜਾ ਜੀ ਐਸ ਟੀ ਦਾ ਟੀਚਾ ਸੀ ਨਾ ਸੈਂਟਰ ਗੌਰਮੈਂਟ ਦੀ ਜਿਹੜੀ ਕਲੈਕਸ਼ਨ ਹੈ ਜੀ ਐਸ ਟੀ ਦੀ ਉਹ ਤਾਂ ਕਿਤੇ ਥੱਲੇ ਹੈ। ਸੁਖਦੇਵ ਸਿੰਘ ਜੀ, ਮੈਂ ਤੁਹਾਡੀ ਗੱਲ ਮੰਨ ਚੁੱਕਿਆ, ਮੈਂ ਤੁਹਾਡੀ ਗੱਲ ਮੰਨ ਚੁੱਕਿਆ ਹਾਂ, ਪਰ ਜਿਹੜੇ ਇਹ ਜੇ ਤਾਂ ਤੁਸੀਂ ਸਿਰਫ ਇਹਦੀ ਗੱਲ ਕਰ ਰਹੇ ਹੋ ਜਿਹੜਾ ਉਹਨਾਂ ਨਾਲ ਪੈਸਾ ਬਕਾਇਆ ਖੜਾ ਆ ਜਿਹੜਾ ਜੀ ਐਸ ਟੀ ਦਾ ਜੋ ਆ ਵੀ ਜਾਵੇ, ਤਾਂ ਇਹਦੇ ਨਾਲ ਤਾਂ ਭੁਗਤਾਨ ਤੁਹਾਡਾ ਪਾਵਰ ਕੌਮ ਦਾ ਅਤੇ ਤਨਖਾਹਾਂ ਅਤੇ ਪੈਨਸ਼ਨਾਂ ਦਾ ਨਹੀਂ ਹੁੰਦਾ। ਨਹੀਂ, ਦੇਖੋ ਮੈਂ ਉਹੀ ਕਹਿੰਦਾ, ਅਸੀਂ ਉਪਰਾਲੇ ਕਰ ਰਹੇ ਹਾਂ। ਮੈਂ ਤੁਹਾਨੂੰ ਹੁਣ ਕਈ ਬੰਦੇ ਪੁੱਛਦੇ ਵੀ ਕੀ ਦੱਸੋ ਜੀ, ਕੋਈ ਕਈ ਟੀ ਵੀ ਚੈਨਲ ਤਾਂ ਉਸ ਗੱਲ ਨੂੰ ਮਜ਼ਾਕ ਸਮਝਦੇ ਨੇ। ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਸਭ ਤੋਂ ਵੱਡਾ ਉਪਰਾਲਾ ਕੀ ਹੈਗਾ ਵੀ ਅਸੀਂ ਜਿਹੜਾ ਹੈਗਾ ਸਾਡਾ ਸਭ ਐਗਰੀਕਲਚਰ ਸਟੇਟ ਹੈ ਸਾਡੀ, ਇਹ ਤਾਂ ਗੱਲ ਸਾਨੂੰ ਮੰਨਣੀ ਪਊ। ਸਾਡੇ ਕੋਲੋਂ ਵੱਧ ਰੈਵਨਿਊ ਵੀ ਉੱਥੋਂ ਆਉਣਾ, ਸਾਡਾ ਰੈਵਨਿਊ ਜਾਣਾ ਵੀ ਉੱਥੇ ਹੀ ਆ। ਅਤੇ ਜਿਵੇਂ ਪ੍ਰੋਫੈਸਰ ਸਾਹਿਬ ਨੇ ਦੱਸਿਆ ਹੈਗਾ ਆਪਣਾ ਡਾਕਟਰ ਸਾਹਿਬ ਨੇ ਵੀ 11,000 ਕਰੋੜ ਸਬਸਿਡੀ ਚਲੀ ਜਾਂਦੀ ਬਿਜਲੀ ਬੋਰਡ ਨੂੰ, ਠੀਕ ਹੈ, ਉਹ ਬਿਲਕੁਲ ਠੀਕ ਆ ਉਹਨਾਂ ਦੀ ਗੱਲ। ਵੀ ਹੁਣ ਅਸੀਂ ਇਹਦੇ 'ਚ ਕੀ ਕੀਤਾ ਵੀ ਜਿਹੜੀ ਹੁਣ ਖਰੀਦ ਹੋਈ ਹੈ, ਚਾਹੇ ਉਹ ਹਾੜੀ ਦੀ ਸੀ ਚਾਹੇ ਹੁਣ ਸਾਉਣੀ ਦੀ ਹੈ, ਉਹਦੇ ਵਿੱਚ ਹਾੜੀ 'ਚ ਵੀ ਪੈਸੇ ਬਚਾਏ ਆ, ਸਾਉਣੀ 'ਚ ਵੀ ਪੈਸੇ ਬਚਾਏ ਆ। ਹੁਣ ਜਿਵੇਂ ਅਸੀਂ ਮੰਡੀਆਂ ਨੂੰ ਕੰਟਰੋਲ ਕਰਕੇ 60 ਕਰੋੜ ਤਾਂ ਉਹੀ ਬਚਾਇਆ, ਬਾਕੀ 100 ਕਰੋੜ ਦੇ ਲਗਭਗ ਅਸੀਂ ਜਿਹੜਾ ਕੈਰੇਜ ਅਤੇ ਲੇਬਰ 'ਚੋਂ ਬਚਾਏ ਆ ਮੰਡੀਆਂ ਦੇ। ਮੀਨਸ ਇਸ ਕਰਕੇ ਵੀ ਸੂਬੇ ਨੂੰ ਜਿਹੜਾ ਹੈਗਾ ਉਹਦੇ ਵਿੱਚ ਸਾਡਾ ਘਾਟਾ ਹੋਇਆ ਘਟਿਆ ਹੈਗਾ। ਅਤੇ ਇਹ ਜਿਹੜੇ ਇਸ ਕਿਸਮ ਦੇ ਉਪਰਾਲੇ ਜਿਹੜੀ ਹੈ ਕਿ ਸਰਕਾਰ ਕੋਸ਼ਿਸ਼ ਕਰ ਰਹੀ ਹੈ ਕਿ ਅਸੀਂ ਜਿਹੜਾ ਹੈਗਾ ਇਸ ਸੂਬੇ ਨੂੰ ਆਪਾਂ ਆਪਣੇ ਪੈਰਾਂ 'ਤੇ ਖੜਾ ਰੱਖ ਸਕੀਏ। ਪਰ ਅੱਛਾ, ਮੈਨੂੰ ਇਹ ਗੱਲ ਲੱਗਦੀ ਹੈ ਵੀ ਕਿਤੇ ਨਾ ਕਿਤੇ ਇੱਕ ਬੜੀ ਵੱਡੀ ਪ੍ਰੋਬਲਮ ਜਿਹੜੀ ਆ ਰਹੀ ਹੈ ਕਿ ਸਰਕਾਰ ਦੇ ਉੱਪਰ ਸੱਤਾ ਨੂੰ ਬਚਾਉਣ ਦਾ ਬਹੁਤ ਜ਼ਿਆਦਾ ਪ੍ਰੈਸ਼ਰ ਆ ਜੋ ਮੈਨੂੰ ਲੱਗ ਰਿਹਾ, ਕਿਉਂਕਿ ਦਿਨ ਬੜੇ ਥੋੜ੍ਹੇ ਰਹਿ ਗਏ ਅੱਗੇ ਜਾ ਕੇ, ਕਿੰਨਾ ਕੁ ਸਮਾਂ ਰਹਿ ਗਿਆ ਇਲੈਕਸ਼ਨ ਲੜਨ 'ਚ ਨਵੀਂ, ਔਰ ਟੈਕਸ ਮੈਨੂੰ ਨਹੀਂ ਲੱਗਦਾ ਕਿ ਕਿਤੋਂ ਗੁੰਜਾਇਸ਼ ਹੈ, ਕਿਤੇ ਸੂਬੇ ਦੇ ਅੰਦਰ ਨਵੇਂ ਟੈਕਸ ਲਾਉਣ ਦੀ ਗੁੰਜਾਇਸ਼ ਕਿਤੇ ਲੱਗਦੀ ਨਹੀਂ। ਜਿਹੜੀਆਂ ਗੱਲਾਂ ਸੁਖਦੇਵ ਜੀ ਕਹਿ ਰਹੇ ਆ, ਠੀਕ ਆ, ਇਹ ਥੋੜ੍ਹਾ ਬਹੁਤ ਜਿਹੜਾ ਹੈਗਾ ਰੈਵੀਨਿਊ ਇਹਦੇ ਨਾਲ ਆ ਸਕਦਾ ਆ, ਪਰ ਬਾਕੀ ਜਿਹੜੇ ਇੰਨੇ ਵੱਡੇ ਖਰਚੇ ਹੈਗੇ ਆ, ਸਟੇਟ ਛੋਟੀ ਆ, ਸਰਕਾਰ ਹਾਲੇ ਤੱਕ 3 ਸਾਲ ਦੇ ਕਾਰਜਕਾਲ ਦੇ ਦੌਰਾਨ ਸਾਨੂੰ ਇਹ ਸਪਸ਼ਟ ਨਹੀਂ ਕਰ ਸਕੀ ਕਿ ਉਹਦੇ ਕੋਲ ਜਿਹੜਾ ਜਿਹੜੇ ਮਤਲਬ ਮਾਲੀਆ ਜੁਟਾਉਣ ਦੇ ਸਾਧਨ ਕੀ ਹੈਗੇ ਆ, ਕੋਈ ਹਾਲੇ ਤੱਕ ਸਾਨੂੰ ਕੋਈ ਸਪਸ਼ਟ ਕੋਈ ਰੂਪਰੇਖਾ ਮਿਲਦੀ ਨਹੀਂ ਕਿਸੇ। ਸਾਡੀਆਂ ਜਿਹੜੀਆਂ ਪਾਰਟੀਆਂ ਨਾ ਉਹ ਇੱਕ ਤਾਂ ਜਿਹੜੇ ਉਹਨਾਂ ਦੇ ਮੁੱਖ ਲੀਡਰ ਹੈਗੇ, ਇੱਕ ਤਾਂ ਪਾਰਟੀਆਂ ਦੇ ਅੰਦਰ ਵੀ ਕੋਈ ਜਮਹੂਰੀਅਤ ਹੈ ਨਹੀਂ। ਹਾਂ, ਹੁਣ ਕਾਂਗਰਸ ਦੇ ਆਪਣੇ ਹੀ 4 MLA ਰੌਲਾ ਪਾਈ ਜਾਂਦੇ ਆਪਣੀ ਹੀ ਸਰਕਾਰ ਦੇ ਵਿਰੁੱਧ ਕਿ ਕੋਈ ਸਾਡੀ ਸੁਣਦਾ ਨਹੀਂ। ਉਹ ਠੀਕ ਹੈ ਜਾਂ ਗਲਤ ਆ ਉਹ ਤਾਂ ਇਹੋ ਜਾਣਨ, ਮਤਲਬ ਅੰਦਰੂਨੀ ਪਾਰਟੀਆਂ ਦੇ ਜਮਹੂਰੀਅਤ ਨਹੀਂ। ਕੁਛ ਕੁ ਲੋਕ ਆ ਜਿਹੜੇ ਸੱਤਾ ਨੂੰ ਸਾਰਾ ਕਮਾਈ ਫਿਰਦੇ ਆ, ਉਹ BJP 'ਚ ਵੀ ਇੰਝ ਹੀ ਆ, ਦੋ ਬੰਦਿਆਂ ਨੂੰ ਸਾਰੀ ਦੇਸ਼ ਦੀ ਗੁੱਡੀ ਘੁਮਾਉਂਦੇ ਆ। ਇਸੇ ਤਰ੍ਹਾਂ ਹੀ ਇੱਥੇ ਪਾਰਟੀਆਂ ਦਾ, ਬਾਕੀ ਦੀਆਂ ਭਾਵੇਂ ਉਹ ਲੋਕਲ ਆ ਭਾਵੇਂ ਨੈਸ਼ਨਲ ਪਾਰਟੀਆਂ, ਉਹਦੇ ਨਾਲ ਨੁਕਸਾਨ ਬਹੁਤ ਹੁੰਦਾ ਕਿਉਂਕਿ ਕੋਈ ਵੀ ਕਿਸੇ ਵੀ ਕਿਸਮ ਦੀ ਜਿਹੜੀ ਪਾਲਿਸੀ ਹੈ ਜਾਂ ਜਿਹੜੀ ਮੈਰਿਟ ਹੈ ਉਹ ਨਾ ਤਾਂ ਕੋਈ ਪਾਲਿਸੀ ਲਾਗੂ ਹੁੰਦੀ ਆ ਨਾ ਕੋਈ ਮੈਰਿਟ, ਉੱਥੇ ਸਾਰੀ ਕੰਪਰੋਮਾਈਜ਼ ਹੋ ਜਾਂਦੀ ਆ ਕਿਉਂਕਿ ਕਿਸੇ ਇੱਕ ਬੰਦੇ ਦੇ ਮੂੰਹ ਵੱਲ ਦੇਖੀ ਜਾਂਦੀ। ਇਹਦਾ ਬਹੁਤ ਵੱਡਾ ਨੁਕਸਾਨ, ਜਿਨ੍ਹਾਂ ਪਾਰਟੀਆਂ ਦੇ ਅੰਦਰ ਜਮਹੂਰੀਅਤ ਨਹੀਂ ਹੈਗੀ, ਲੋਕਤੰਤਰ ਨਹੀਂ ਹੈ, ਆਵਾਜ਼ ਨਹੀਂ ਸੁਣੀ ਜਾਂਦੀ, ਉਹ ਦੇਸ਼ ਦਾ ਕੀ ਚਲਾਉਣਗੇ? ਉਹਦਾ ਰਿਜ਼ਲਟ ਇਹ ਨਿਕਲਿਆ ਕਿ ਜਿਹੜੀ ਵੀ ਪਾਰਟੀ
ਹੁੰਦੀ ਤਾਂ ਦੇਖਣ ਨੂੰ ਤਾਂ ਪਾਰਟੀ ਲੱਗਦੀ, ਉਹ 'ਚ ਪੰਜ ਚਾਰ ਬੰਦੇ ਹੁੰਦੇ ਜਾਂ ਇੱਕ ਅੱਧਾ ਘਰ ਹੁੰਦਾ ਜਿਹੜਾ ਦਿੱਤਰੇ ਦੀ ਆਪਣਾ ਜੋ ਗਾਹ ਪਾ ਦਿੰਦਾ, ਲੁੱਟਣਾ ਫਿਊਡਲ ਲਾਰਡ ਵਾਂਗੂ ਲੁੱਟਿਆ ਜਾਂਦਾ। ਵੇਖਣ ਨੂੰ ਡੈਮੋਕ੍ਰੇਸੀ ਆ, ਅਸਲ 'ਚ ਡੈਮੋਕ੍ਰੇਟਿਕ ਸਾਡੇ ਤੌਰ ਤਰੀਕੇ ਨਹੀਂ। ਇੱਕੋ ਹੀ ਹੈਰਾਨੀ ਦੀ ਗੱਲ ਹੈ ਕਿ ਜਿਹੜਾ ਸਾਡਾ ਪਲੈਨਿੰਗ ਬੋਰਡ ਆ, ਸਟੇਟ ਪਲੈਨਿੰਗ ਬੋਰਡ, ਉਹਦੇ ਹੀ ਇੱਕ ਮੈਂ ਕਿਤੇ EPW 'ਚ EPW ਰਿਪਿਊਟਡ ਜਨਰਲ ਆ, ਉਹਦੇ 'ਚ ਦੱਸ ਰਹੇ ਸੀ ਵੀ 5 ਸਾਲ ਦੇ ਵਿੱਚ ਇੱਕ ਵੀ ਮੀਟਿੰਗ ਨਹੀਂ ਹੋਈ। ਮਤਲਬ ਇਹ ਹੈ ਕਿ ਸਾਰਾ ਸਾਲ ਜਿਹੜੀ ਰੂਲਿੰਗ ਪਾਰਟੀ ਉਹ ਪੋਲੀਟਿਕਸ ਕਰਦੀ ਆ, ਪਲੈਨਿੰਗ ਤਾਂ ਹੈ ਹੀ ਨਹੀਂ। ਜੇ ਪਲੈਨਿੰਗ ਹੋਵੇ ਤਾਂ ਪੰਜਾਬ ਦੇ ਵਿੱਚ ਕੀ ਲੋਕ ਕੰਮ ਨਹੀਂ ਕਰਨਾ ਚਾਹੁੰਦੇ? ਕੀ ਪੰਜਾਬ ਦੀ ਜ਼ਮੀਨ ਖਰਾਬ ਆ, ਜਾਂ ਇੱਥੇ ਦਾ ਪਾਣੀ ਨਹੀਂ ਹੈਗਾ, ਜਾਂ ਕਿਹੜੀ ਚੀਜ਼ ਹੈ ਜਿਹੜੀ ਪੰਜਾਬ ਦੇ ਵਿੱਚ ਨਹੀਂ ਹੈਗੀ? ਇੱਕ ਨੰਬਰ ਸਟੇਟ ਰਹੀ ਆ, ਕਿੰਨੀ ਦੇਰ ਰਹੀ ਆ ਪੰਜਾਬ ਦੀ ਨੰਬਰ 1 ਸੂਬਾ ਜਿਹੜਾ ਰਿਹਾ, ਅਤੇ ਹੁਣ ਇਹਨੂੰ ਅਚਾਨਕ ਕੀ ਮਾਰ ਪੈ ਗਈ? ਇਹਦਾ ਮਤਲਬ ਜਿਹੜੇ ਬੰਦੇ ਰਾਜ ਕਰਦੇ ਰਹੇ ਪਿਛਲੇ 25-30 ਸਾਲ, ਉਹਨਾਂ ਨੇ ਇਹਨੂੰ ਲੁੱਟਿਆ ਜ਼ਿਆਦਾ, ਆਪਣੇ ਘਰ ਜ਼ਿਆਦਾ ਭਰੇ ਆ, ਅਤੇ ਪੰਜਾਬ ਨੂੰ ਸਾਂਭਿਆ ਨਹੀਂ, ਪੰਜਾਬ ਦੇ ਲੋਕਾਂ ਦੀਆਂ ਉਹਨਾਂ ਦੇ ਹਿੱਤ ਨਹੀਂ ਦੇਖੇ। ਮੈਂ ਇਸ ਲਈ ਇਹ ਲੰਮੀ ਕਹਾਣੀ ਪਾ ਰਿਹਾ ਕਿ ਅਜੇ ਵੀ ਫਾਰ ਇੰਸਟੈਂਸ ਨੈਚੁਰਲ ਰਿਸੋਰਸ ਜਾਂ ਰੇਤਾ ਬਜਰੀ, ਉਹ ਸਰਕਾਰ ਆਪਣੇ ਹੱਥ ਕਿਉਂ ਨਹੀਂ ਲੈਂਦੀ? ਨਵਜੋਤ ਸਿੱਧੂ ਨੇ ਇੱਕ ਵਾਰੀ ਉਹ ਪ੍ਰਪੋਜ਼ਲ ਭੇਜੀ, ਚੱਕ ਕੇ ਪਰਾਂ ਮਾਰੀ, ਕਿਉਂਕਿ ਉਹਦੇ 'ਚ ਵਿੱਚੇ ਹੀ ਅਕਾਲੀ BJP ਦੇ ਥੋੜ੍ਹੇ ਘੱਟ ਹੋਣਗੇ, ਪਰ ਨਾਲ ਖਾਸ ਕਰਕੇ ਜਿਹੜੇ ਕਾਂਗਰਸੀ ਐਨ ਜਾਣੀ ਉਹਦੇ 'ਚ ਸਾਰਾ ਹਿੱਸਾ ਪਤੀ, ਰੋਜ਼ ਗੁੰਡਾ ਟੈਕਸ ਲੈ ਲਿਆ ਜੀ, ਆਹ ਲੈ ਲਿਆ ਜੀ, ਪੁਲਿਸ ਵੀ ਉਹਦੇ 'ਚ ਰਲੀ ਹੋਈ ਆ, ਸਾਰੇ ਰਲ ਮਿਲ ਕੇ ਰੱਬ ਦੀ ਰੇਤਾ ਬਣਾਈ ਆ, ਰੱਬ ਦੀ ਬਜਰੀ ਆ, ਰੱਬ ਦਾ ਸਾਰਾ ਕੁਝ ਹੈਗਾ, ਇਹ ਤਾਂ ਕੋਈ ਘਰ ਬੈਠੇ ਫੈਕਟਰੀ ਜਿਹਦੇ ਬਣਾ ਨਹੀਂ ਰਹੇ। ਘੱਟੋ ਘੱਟ ਉਹਦਾ ਹਿੱਸਾ ਤਾਂ ਉਹਦੇ ਲੋਕਾਂ 'ਤੇ ਲਾ ਦਿਓ, ਉਹਦੇ ਵੱਧਾ ਰੈਵੇਨਿਊ ਤੁਸੀਂ ਆਪ ਇਕੱਠਾ ਕਰਕੇ ਉਹਨੂੰ ਇਮਾਨਦਾਰੀ ਨਾਲ ਲਾ ਦਿਓ। ਇਸੇ ਤਰੀਕੇ ਨਾਲ ਸ਼ਰਾਬ ਵੇਚਣ ਦਾ ਕੰਮ ਆ, ਪੰਜਾਬ ਦੇ ਵਿੱਚ ਦੇਖੋ ਕਾਫੀ ਸ਼ਰਾਬ ਵੇਖਦੀ ਹੈਗੀ, ਦੂਜੇ ਸੂਬਿਆਂ ਦੇ ਵਿੱਚ ਭਾਵੇਂ ਉਹ ਤਾਮਿਲਨਾਡੂ ਆ, ਭਾਵੇਂ ਕੇਰਲ ਆਇਆ, ਖੁਦ ਸਰਕਾਰ ਆ, ਈਵਨ ਦਿੱਲੀ ਦੇ ਵਿੱਚ ਵੀ। ਇੱਥੇ ਤੁਸੀਂ ਕਿਉਂ ਨਹੀਂ ਇਹ ਸਰਕਾਰ ਜਿਹੜੀ ਰਿਟੇਲਿੰਗ ਆ ਸਾਰੀ? ਕਾਰਨ ਕਿਉਂਕਿ ਉਹ ਜਿਹੜਾ ਮਾਫੀਆ ਆ ਜਿਹਨਾਂ ਦੇ ਕੋਲ ਸ਼ੂਗਰ ਮਿੱਲਾਂ ਆ, ਉਹ ਰਾਜਨੀਤਿਕ ਲੋਕਾਂ ਕੋਲ ਆ, ਇੱਥੋਂ ਤੱਕ ਇਹਨਾਂ ਦੇ ਯੂਨੀਵਰਸਿਟੀਆਂ ਅਤੇ ਹੋਰ ਇਹ ਪੜ੍ਹਾਈ ਦੇ ਅਤੇ ਹਸਪਤਾਲ ਉਹ ਵੀ ਨਹੀਂ ਛੱਡੇ, ਉਹਨਾਂ ਨੇ ਵੀ ਆਪਣੇ ਕਬਜ਼ੇ 'ਚ ਕਰ ਲਿਆ, ਪ੍ਰਾਈਵੇਟ ਜਿਹੜੇ ਹੈਗੇ ਆ। ਇਸ ਕਰਕੇ ਇੰਨਾ ਕਬਜ਼ਾ ਕਰ, ਜਿੰਨੀ ਪੰਜਾਬ 'ਚ ਸ਼ਰਾਬ ਵਿਕਦੀ ਹੈ, ਜੇ ਸਰਕਾਰ ਆਪਦੇ ਹੱਥ ਲੈ ਲਏ ਤਾਂ ਇਹਨਾਂ ਨੂੰ ਹੋਰ ਕੋਈ ਰਿਸੋਰਸ ਪੈਦਾ ਕਰਨ ਦੀ ਲੋੜ ਹੀ ਨਹੀਂ। ਆਹ ਦੇਖੋ ਹੁਣ ਜਿਹੜਾ ਕਰਜ਼ਾ ਜਿਹੜੇ ਕਿਸਾਨ ਜਿਹੜੇ ਲੜ ਰਹੇ ਆ ਪੰਜਾਬ ਦੇ ਵਿੱਚ, ਉਹ ਕੀ ਕਹਿ ਰਹੇ? ਜਿਹੜਾ ਸਭ ਤੋਂ ਇਹਨਾਂ ਦੀਆਂ 9 ਮਿੱਲਾਂ 16 ਮਿੱਲਾਂ ਟੋਟਲ ਆ, ਇਹਨਾਂ ਦੀਆਂ 7 ਮਿੱਲਾਂ ਆ, ਹੈ ਨਾ? 7 ਮਿੱਲਾਂ ਦੇ ਵਿੱਚ ਦੂਜੀਆਂ ਬਾਕੀ ਦੀਆਂ ਮਿੱਲਾਂ ਨਾਲੋਂ, 9 ਮਿੱਲਾਂ ਨਾਲੋਂ ਜ਼ਿਆਦਾ ਕ੍ਰਸ਼ਿੰਗ ਹੁੰਦੀ ਆ, 1.5 ਗੁਣਾ 2 ਗੁਣਾ। ਔਰ ਜਿਹੜਾ ਡਿਊ ਦੇਣਾ ਆ ਕਿਸਾਨਾਂ ਦਾ, 150-200 ਕਰੋੜ ਤਕਰੀਬਨ ਇਹਨਾਂ ਨੇ ਦੇਣਾ, 300 ਕਰੋੜ ਦੇ ਵਿੱਚੋਂ 200 ਕਰੋੜ 250 ਕਰੋੜ ਇਹਨਾਂ ਨੇ ਦੇਣਾ ਪ੍ਰਾਈਵੇਟਾਂ ਨੇ, 7 ਮਿੱਲਾਂ ਨੇ, ਕਿਉਂ ਨਹੀਂ ਦਿੰਦੇ? ਆਪਣੀ ਚੌਧਰ ਬਣਾਈ ਹੋਈ ਆ, ਕਿਉਂਕਿ ਅਸੀਂ ਰਾਜਨੀਤਿਕ ਲੋਕਾਂ ਦੇ ਹੱਥ 'ਚੋਂ ਮਿੱਲਾਂ, ਉਹ ਸਾਰਾ ਉੱਥੇ ਸ਼ੀਰਾ, ਉੱਥੋਂ ਸ਼ਰਾਬ, ਉੱਥੇ ਫਿਰ ਰਿਟੇਲਿੰਗ, ਉੱਥੇ ਬੋਟਲਿੰਗ, ਵਿੱਚੇ ਕਾਲੇ ਮਾਲੇ। ਮੈਂ ਤਾਂ ਇਹ ਡਿਟੇਲ 'ਚ ਕਰ ਰਿਹਾ, ਇਹਨਾਂ ਨੂੰ 5-6 ਹਜ਼ਾਰ ਕਰੋੜ ਰੁਪਈਆ ਉਹਦੇ ਤੋਂ ਵੀ ਆ ਸਕਦਾ। ਤੁਹਾਡੇ ਕੋਲ ਦੁਬਾਰਾ ਆਊਂਗਾ। ਇੱਕ ਨਿੱਕੀ ਜਿਹੀ ਗੱਲ ਮੈਂ ਹੋਰ, ਸੋਰਸ ਜਿਹੜੇ ਸਾਹ ਦਿੰਦੇ ਲਾਸਟ, ਜਿਹੜਾ ਮੁਫਤ ਬਿਜਲੀ ਦਿੰਦੇ ਆ, ਇਹਨਾਂ ਨੂੰ ਮੁਫਤ ਉਹ ਹੈ ਹੀ ਨਹੀਂ, ਮੁਫਤ ਕਿਵੇਂ ਆ ਬਈ? 6 ਹਜ਼ਾਰ ਕਰੋੜ ਰੁਪਈਆ ਜਿਹੜਾ ਬਿਜਲੀ ਦਾ ਤੁਸੀਂ ਵਾਰ ਵਾਰ ਕਹਿੰਦੇ, ਇਹਦਾ ਤਾਂ ਉਹਦੇ ਨਾਲ ਹੀ ਬਿੱਲ ਨਹੀਂ ਦਿੱਤਾ ਜਾ ਸਕਦਾ, ਉਹ ਰੁਪਈਆ ਇੱਥੋਂ ਤਾਂ ਕੱਟਿਆ ਜਾ ਰਿਹਾ। ਪਰ ਜਦੋਂ ਉਹਨਾਂ ਦੀ ਕੋਸਟ ਆਫ ਕਲਟੀਵੇਸ਼ਨ ਕੈਲਕੂਲੇਟ ਦਿੱਲੀ ਵਾਲੇ ਕਰਦੇ ਆ ਵੀ ਇਹਨਾਂ ਦੀ ਮਿਨੀਮਮ ਸਪੋਰਟ ਪ੍ਰਾਈਸ ਕੀ ਰੱਖੀ, ਕਟੌਤੀ ਉਹਨਾਂ ਨੂੰ ਵੱਡੀ ਪੈਂਦੀ ਹੈ, ਕਹਿੰਦੇ ਪਾਣੀ ਤੇ ਇਹਨਾਂ ਨੂੰ ਫ੍ਰੀ ਹੈ, ਵੱਡੀ ਕਟੌਤੀ ਇਹਨਾਂ ਪਾਣੀ ਦੇ ਇਥੇ ਇਹਨਾਂ ਨੂੰ ਫ੍ਰੀ ਆ। ਇਧਰੋਂ ਸਟੇਟ ਦੇ ਖਜ਼ਾਨੇ 'ਚੋਂ 6-7 ਹਜ਼ਾਰ ਕਰੋੜ ਰੁਪਈਆ ਤੁਰਿਆ ਜਾਂਦਾ, ਉੱਥੇ ਸਾਡੀ ਜ਼ਮੀਨ ਵੀ ਤਬਾਹ ਹੋਈ ਜਾਂਦੀ ਆ, ਪਾਣੀ ਵੀ ਥੱਲਿਓਂ ਸਾਰਾ ਖਤਮ ਹੋ ਗਿਆ, ਸਾਰਾ ਕੁਝ ਬੁਰਾ ਹਾਲ। ਇਹ ਵੈਸੇ ਕਿਸੇ ਹੋਰ ਤਰੀਕੇ ਨਾਲ ਦੇਣ ਕਿਸਾਨਾਂ ਨੂੰ, ਇੱਥੇ ਸਾਡੇ ਹੈ ਨਾ ਕੋਈ ਇੰਡਸਟਰੀ ਲਾਉਣ, ਇੱਧਰੋਂ ਬੇਸਡ ਇੰਡਸਟਰੀ ਲਾਉਣ, ਕਿਸੇ ਦਾ ਨਾ ਕਿਸਾਨਾਂ ਮਜ਼ਦੂਰਾਂ ਦਲਿਤਾਂ ਵੱਲ ਕੋਈ ਧਿਆਨ ਨਹੀਂ, ਲੁੱਟ ਮਚਾਈ। ਪ੍ਰੈਸ ਸਾਹਿਬ ਦੁਬਾਰਾ ਤੁਹਾਡੇ ਕੋਲ ਆਊਂਗਾ। ਡਾਕਟਰ ਸਾਹਿਬ, ਜਿਹੜੀਆਂ ਗੱਲਾਂ ਡਾਕਟਰ ਸਾਹਿਬ ਪ੍ਰੈਸ ਸਾਹਿਬ ਨੇ ਕੀਤੀਆਂ, ਸੁਖਦੇਵ ਨੇ ਵੀ ਕੁਛ ਜਿਹੜੇ ਹੈਗੇ ਆ ਵੀ ਇੱਥੋਂ ਇੱਥੋਂ ਮਾਲੀਆ ਆ ਸਕਦਾ ਆ, ਜਿਹੜੇ ਮਤਲਬ ਕਿ ਇੱਕ ਬੜੀ ਲੰਬੀ ਲਿਸਟ ਹੈਗੀ ਹੈ ਖਰਚਿਆਂ ਦੀ ਪੰਜਾਬ ਸਰਕਾਰ ਦੇ ਸਿਰ 'ਤੇ, ਇਹ ਕੀ ਲੱਗਦਾ ਹੈ ਕਿਵੇਂ ਮਾਲੀਆ ਸਰਕਾਰ ਜਿਹੜਾ ਹੈਗਾ? ਮਦਨਦੀਪ ਜੀ, ਦੋ ਹੀ ਗੱਲਾਂ ਹੁੰਦੀਆਂ ਨੇ ਜੀ, ਇੱਕ ਆਪਦੇ ਖਰਚੇ ਘਟਾਉਣੇ, ਲੀਕੇਜ ਬੰਦ ਕਰਨੀ, ਦੂਜੇ ਰੈਵਨਿਊ ਇਕੱਠਾ ਕਰਨਾ ਅਤੇ ਉਹਦੀ ਲੀਕੇਜ ਬੰਦ ਕਰਨੀ। ਰੈਵਨਿਊ ਇਕੱਠਾ ਕਰਨ ਦੇ ਜਿਵੇਂ ਇਹਨਾਂ ਨੇ ਸਰੋਤ ਦੱਸੇ ਨੇ, ਉਦੋਂ ਅਗਲਾ ਸਰੋਤ ਆ, ਹੁਣੀ 4 ਦਿਨ ਪਹਿਲਾਂ ਦੀ ਖਬਰ ਹੈ, ਕਦੇ ਜਲੰਧਰ 'ਚੋਂ ਕਿੰਨੀਆਂ ਬੱਸਾਂ ਪ੍ਰਾਈਵੇਟ ਬਿਨਾਂ ਨੰਬਰ ਦੇ ਨਿਕਲ ਰਹੀਆਂ ਨੇ। ਸਹੀ ਗੱਲ ਹੈ, ਜਦ ਤੁਸੀਂ ਟਰਾਂਸਪੋਰਟ ਦਾ ਇੱਕ ਮਾਫੀਆ ਬਣਾਇਆ ਹੋਇਆ ਜਿਹੜਾ ਕਿ ਇੱਥੇ ਪ੍ਰਾਈਵੇਟ ਬੱਸਾਂ ਚੰਡੀਗੜ੍ਹ 'ਚ ਆਉਣ ਲੱਗ ਗਈਆਂ, ਪਹਿਲਾਂ ਨਹੀਂ ਆਉਂਦੀਆਂ ਸੀ। ਮੈਂ ਜਦ ਵੀ, ਕਿਉਂਕਿ ਮੈਂ ਤਾਂ ਬੱਸਾਂ 'ਚ ਹੀ ਟਰੈਵਲ ਕਰਦਾ, ਮੈਂ ਸਧਾਰਨ ਬੱਸ 'ਚ ਬੈਠਣਾ ਹੁੰਦਾ, ਉੱਥੇ ਉਹ ਕੋਈ ਇਹਨਾਂ ਦੀ ਲੱਗੀ ਹੁੰਦੀ ਆ ਵੱਡੀ AC, ਜਿਹੜੀ ਲੁਧਿਆਣੇ 'ਚੋਂ ਇੱਥੇ ਤੱਕ ਦਾ ਜੇ ਕਿਰਾਇਆ ਉਹ ਮੇਰੇ ਖਿਆਲ 300-400 ਰੁਪਈਆ ਹੋਣਾ, 350 ਅਤੇ ਅਸੀਂ ਉਹ 100-125 ਵਾਲੀ ਚੜ੍ਹਨ ਵਾਲੇ ਉਹ 400 ਰੁਪਈਆ ਕਿਰਾਇਆ। ਇਹਨਾਂ ਨੇ ਉਸ ਮਾਫੀਏ ਨੂੰ ਭੋਰਾ ਹੱਥ ਨਹੀਂ ਪਾਇਆ, ਕਿਉਂਕਿ ਮਾਫੀਆ ਸਾਰਿਆਂ ਦਾ ਰਲਿਆ ਹੋਇਆ। ਇਹ ਟਰਾਂਸਪੋਰਟ ਹੋ ਗਈ, ਬਜਰੀ ਦੀ ਗੱਲ ਹੋ ਗਈ, ਸ਼ਰਾਬ ਦੀ ਗੱਲ ਹੋ ਗਈ, ਇਸ ਤੋਂ ਅੱਗੇ ਰੈਵਨਿਊ ਕਿੱਥੇ ਹੈ?
ਇਸ ਤੋਂ ਅੱਗੇ ਰੈਵਨਿਊ ਜਿਹੜਾ ਇਹਨਾਂ ਕੋਲ ਕਲੈਕਟ ਹੋਣਾ ਸੀ ਜਿਹੜਾ ਇਹਨਾਂ ਨੇ ਨਹੀਂ ਕਰ ਰਹੇ ਉਹ ਇਹ ਹੈ ਕਿ ਜਿਹੜੀ ਇਹ ਜਿਵੇਂ ਫਸਲਾਂ ਦੀ ਆ ਇਹਨਾਂ ਨੇ ਕਿਹਾ ਫਸਲਾਂ ਦੇ ਜੀ ਅਸੀਂ ਚੱਕਿਆ ਅਸੀਂ ਮੰਡੀਆਂ ਦਾ ਬਚਾਇਆ ਅਸੀਂ ਫਲਾਣਾ ਬਚਾਇਆ ਇਹਨਾਂ ਦੀ ਰੈਵਨਿਊ ਲੀਕੇਜ ਬਹੁਤ ਜ਼ਿਆਦਾ ਜਿਹੜੀ ਕਰਪਸ਼ਨ ਦੇ ਰੋਜ਼ ਅਖਬਾਰਾਂ 'ਚ ਮਨਰੇਗਾ ਦੇ ਪਰ ਜਿਹੜੇ ਸੁਖਦੇਵ ਸਿੰਘ ਨੇ ਮੁੱਦੇ ਉਠਾਏ ਆ ਇੰਪੋਰਟੈਂਟ ਕਿੰਨੇ ਮੈਂ ਕਹਿੰਦਾ ਇਹ ਇੰਪੋਰਟੈਂਟ ਨੇ ਪਰ ਜੇ 100-200 crore ਕਹਿੰਦੇ ਕਿ ਵੀ ਬੰਦਾ ਜੋੜੇ ਪਲੀ ਪਲੀ ਅਤੇ ਰਾਮ ਰੜਾਵੇ ਕੋਪਾ ਅਤੇ ਜੇ ਇਹ ਐਵੇਂ 50 crore, 2 crore, 100 crore ਅਸੀਂ ਕਰ ਲਿਆ ਜਿਹਦਾ 78,511 crore ਰੁਪਈਏ ਦਾ ਰੈਵਨਿਊ ਕਲੈਕਸ਼ਨ ਦਾ ਟੀਚਾ ਹੈ ਅਤੇ 1,30,000 crore ਦਾ ਬਜਟ ਹੈ ਅਤੇ ਉਹਨੂੰ 100 crore, 200 crore, 500 crore ਕੀ ਕਰੇਗਾ ਸੋ ਸਾਨੂੰ ਇਹ ਸਮਝਣਾ ਪਊਗਾ ਇਹ ਉਹ ਬਿਊਰੋਕਰੈਟਿਕ ਸਟਾਈਲ ਹੁੰਦਾ ਜੀ ਅਸੀਂ ਇੱਥੋਂ ਆਹ ਕਰਤਾ ਅਸੀਂ ਇੱਥੇ ਕੌਮਾਂ ਲਾਤਾ ਅਸੀਂ ਫੁੱਲ ਸਟਾਪ ਲਾਤਾ ਇਹ ਨਹੀਂ ਹੈ ਸਾਨੂੰ ਦੇਖਣਾ ਪਊਗਾ ਸਾਡਾ ਲੀਕੇਜ ਕਿੱਥੇ ਹੋ ਰਹੀ ਹੈ ਲੀਕੇਜ ਕਿੰਨੀ ਹੋ ਰਹੀ ਹੈ ਕਿੰਨੇ ਬੋਰਡ ਨੇ ਕਿੰਨੀਆਂ ਕਾਰਪੋਰੇਸ਼ਨਾਂ ਨੇ ਸਭ ਇਹਨਾਂ ਨੇ ਪ੍ਰਾਈਵੇਟ ਕਰ ਰੱਖੀਆਂ ਨੇ ਬਿਊਰੋਕਰੇਟ ਉਹਦੇ ਆਪਦੀ ਮਰਜ਼ੀ ਦੇ ਬੰਦੇ ਲਾਉਂਦੇ ਨੇ ਉੱਥੇ ਪੈਸਾ ਜਿਹੜਾ ਇਕੱਠਾ ਹੋਣਾ ਸੀ ਰੈਵਨਿਊ ਮਸਲ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਡਾਕਟਰਾਂ ਦੀ ਰਜਿਸਟ੍ਰੇਸ਼ਨ ਹੁੰਦੀ ਹੈ ਉਹਨਾਂ ਦੀ ਇੱਕ ਕੌਂਸਲ ਬਣੀ ਹੋਈ ਹੈ ਉਹਦੇ ਉੱਤੇ ਕੋਈ ਪਤਾ ਨਹੀਂ ਕਿੰਨੇ ਕਰੋੜ ਰੁਪਈਆ ਉਹਨਾਂ ਕੋਲ ਪਿਆ ਫਾਲਤੂ ਪੈਸਾ ਲੈਂਦੇ ਨੇ ਆਪਦੇ ਕੋਲ ਰੱਖਦੇ ਨੇ ਜਿਵੇਂ ਮਰਜ਼ੀ ਉਹਨੂੰ ਵਰਤਦੇ ਨੇ ਉਸ ਕਈ ਕੌਂਸਲਾਂ ਨੇ ਇੱਦਾਂ ਦੀਆਂ ਇੱਦਾਂ ਹੀ ਬੋਰਡ ਨੇ ਕਿੰਨੀ ਹਰ ਚੀਜ਼ ਦੇ ਉੱਤੇ ਇਹਨਾਂ ਨੇ ਕਹਿਤਾ ਤੁਸੀਂ ਪ੍ਰਾਈਵੇਟ ਆ ਜਾਓ ਔਰ ਉਹ ਵਰਲਡ ਬੈਂਕ ਦੇ ਇਸਲੇ ਹੁਣ ਕਹਿੰਦੇ ਮੈਡੀਕਲ ਕਾਲਜਾਂ ਨੂੰ ਆਪ ਜੀ ਮੈਂ ਦੇਖ ਰਿਹਾ ਸੀ ਚਾਰ ਮੁੱਖ ਸਾਧਨ ਹੈਗੇ ਆ ਪੰਜਾਬ ਕੋਲ ਰੈਵੀਨਿਊ ਦੇ ਮੈਂ ਜੋ ਮੈਂ ਸਮਝਦਾ ਹਾਂ ਜਿਹਦੇ 'ਚ ਰੇਤਾ ਬਜਰੀ ਦੀ ਰੇਤੇ ਦੀ ਗੱਲ ਅਸੀਂ ਕਰ ਰਹੇ ਹਾਂ ਸ਼ਰਾਬ ਦੀ ਗੱਲ ਕਰ ਰਹੇ ਹਾਂ ਅਸੀਂ ਦੋ ਇਹ ਹੋ ਗਏ ਤੀਜਾ ਜਿਹੜਾ ਜਿਹੜਾ ਡੀਜ਼ਲ ਪੈਟਰੋਲ ਜਿਹੜਾ ਹੈਗਾ ਉਹਦੇ 'ਤੇ ਜਿਹੜਾ ਟੈਕਸ ਸਰਕਾਰ ਲੈਂਦੀ ਹੈ ਸਟੇਟ ਦਾ ਜਿਹੜਾ ਹਿੱਸਾ ਹੈਗਾ ਉਹ ਵੱਡਾ ਹਿੱਸਾ ਹੈ ਸਟੇਟ ਦਾ ਮਤਲਬ ਸ਼ਰਾਬ ਦੀ ਤਰ੍ਹਾਂ ਇੱਕ ਮੁੱਖ ਸਾਧਨ ਹੈ ਉਹਨਾਂ ਕੋਲ ਜਿਹੜਾ ਚੌਥਾ ਜਿਹੜਾ ਅਸੀਂ ਸਾਧਨ ਮੰਨਦੇ ਹਾਂ ਜਿਹੜਾ ਸਰਕਾਰ ਕੋਲ ਹੋਣਾ ਚਾਹੀਦਾ ਆ ਉਹ ਜਿਹੜਾ ਸਾਡੇ ਸਟੇ ਬੋਰਡਾਂ ਅਤੇ ਕਾਰਪੋਰੇਸ਼ਨਾਂ ਜਿਹੜੀਆਂ ਹੈਗੀਆਂ ਉਹ ਸੀ ਪਰ ਬੋਰਡਾਂ ਅਤੇ ਕਾਰਪੋਰੇਸ਼ਨ ਸਰਕਾਰ ਕਹਿੰਦੀ ਘੱਟ ਜਾ ਰਹੀ ਮੈਂ ਤਾਂ ਕਹਿਣਾ ਵੀ ਉਹਦੀ ਜਦ ਤੁਸੀਂ ਗਠਨ ਇਸ ਤਰੀਕੇ ਨਾਲ ਕਰਤੇ ਉੱਥੇ ਫਾਲਤੂ ਬੰਦੇ ਲਾਤੇ ਉਹਨਾਂ ਨੂੰ ਮੋਟੀਆਂ ਤਨਖਾਹਾਂ ਦੇਤੀਆਂ ਉਹਨਾਂ ਜਿਨ੍ਹਾਂ ਕੋਲ ਕੋਈ ਕੰਮ ਨਹੀਂ ਤੁਸੀਂ ਕਿਵੇਂ ਹੋ ਤੁਸੀਂ ਸਾਰਿਆਂ ਨੂੰ ਇੱਕੋ ਰਸਤੇ ਵਰਤਦੇ ਹੋ ਤੁਹਾਨੂੰ ਕੱਲੇ ਕੱਲੇ ਦੀ ਸਮੀਖਿਆ ਕਰਕੇ ਵੀ ਇਹਦੀ ਲੋੜ ਨਹੀਂ ਆਇਆ ਇਹਦੇ ਕੀ ਕਰ ਰਿਹਾ ਇਹਦੇ ਇੰਪਲਾਈ ਨੂੰ ਕਿੱਥੇ ਹੋ ਇਹ ਇਹਨਾਂ ਕੋਲ ਨਾ ਇਹਨਾਂ ਕੋਲ ਹਿੰਮਤ ਹੈ ਕਿਉਂਕਿ ਬਿਊਰੋਕਰੇਸੀ ਦੇ ਉੱਤੇ ਛੱਡਦੇ ਨੇ ਰੈਸ਼ਨਲਾਈਜੇਸ਼ਨ ਦੀ ਪ੍ਰੋਬਲਮ ਬਿਊਰੋਕਰੇਸੀ ਤਾਂ ਜਦ ਛੱਡਦੇ ਨੇ ਮੈਂ ਅੱਜ ਹੀ ਇੱਕ ਅਖਬਾਰ 'ਚ ਪੜ੍ਹ ਰਿਹਾ ਸੀ ਇੱਕ ਸਕੂਲ ਆ ਉੱਥੇ 35 ਬੱਚੇ ਨੇ ਅਤੇ 7 teacher ਨੇ ਦੂਜੇ ਨਾਲ 4 kilometer ਸਕੂਲ ਆ ਹਾਈ ਸਕੂਲ ਉੱਥੇ ਪੰਜਾਬੀ ਟੀਚਰ ਹੈ ਨਹੀਂ ਅਤੇ ਜੇ ਉਸ ਹੈਡਮਾਸਟਰ ਨੇ ਉਸ ਪੰਜਾਬੀ ਟੀਚਰ ਦੀ ਵੀ ਚੱਲ 3 ਦਿਨ ਪੂਰੇ ਪੜ੍ਹਾ ਦਿਆ ਕਰ ਤੇਰੇ ਕੋਲ ਤਾਂ ਇੱਥੇ ਤਾਂ 35 ਬੱਚੇ ਨੇ ਟੋਟਲ 3 ਕਲਾਸਾਂ 'ਚ ਵੀ ਤੂੰ 1-3 ਦਿਨ ਇੱਥੇ ਆ ਕੇ ਪੜ੍ਹਾਏਗਾ ਉਹਨੇ ਉੱਥੇ ਹੱਥ ਉਹ ਮਚਾਈ ਹੋਈ ਆ ਸਰਕਾਰ ਉੱਥੇ ਚੁੱਪ ਰਹਿੰਦੀ ਹੈ ਸੋ ਸਾਡੀ ਰੈਸ਼ਨਲਾਈਜੇਸ਼ਨ ਇੱਦਾਂ ਡਾਕਟਰਾਂ ਦਾ 800 doctor ਰੂਰਲ ਏਰੀਆ ਦਾ ਡਿਸਪੈਂਸਰੀ 'ਚ ਲੱਗਿਆ ਹੋਇਆ ਉਹਦੀ ਤਨਖਾਹ ਦੇਖੋ ਪੁੱਛੋ ਵੀ ਕਿੰਨਾ ਕੰਮ ਕਰਦਾ ਇਹ ਐਲੋਪੈਥੀ ਦਾ 500 doctor ਲੱਗਿਆ ਆਯੁਰਵੇਦ ਦਾ 110 doctor ਲੱਗੇ ਨੇ ਹੋਮੋਪੈਥੀ ਦੇ ਇਹਨਾਂ ਨੂੰ ਪੁੱਛੋ ਵੀ ਉਹ ਤਨਖਾਹ ਪੂਰੀ ਲੈ ਰਹੇ ਨੇ ਇੰਨੀ ਇੰਨੀ ਮੋਟੀ ਤਨਖਾਹ ਲੈ ਰਹੇ ਨੇ ਉਹ ਕੰਮ ਕੀ ਕਰ ਰਹੇ ਨੇ ਇਹ ਲੀਕੇਜ ਨਹੀਂ ਰੈਵਨਿਊ ਦੀ ਵਾਈ ਡੋਂਟ ਯੂ ਨਾ ਉਹਨਾਂ ਦੀ ਸਰਵਿਸ ਡਿਊਟੀਲਾਈਜ਼ ਹੋ ਰਹੀਆਂ ਨੇ ਪੈਸਾ ਉਹਨਾਂ 'ਤੇ ਲੀਕ ਹੋ ਰਿਹਾ ਕਿ ਤੁਸੀਂ ਨਾ ਸਰਵਿਸ ਲੋਕਾਂ ਨੂੰ ਪ੍ਰੋਵਾਈਡ ਕਰ ਰਹੇ ਹੋ ਪੈਸਾ ਖਰਚੀ ਜਾਂਦੇ ਹੋ ਲੋਕਾਂ ਦਾ ਕਿਉਂਕਿ ਲੋਕਾਂ ਦਾ ਰੈਵਨਿਊ ਹੈ ਲੋਕਾਂ ਦਾ ਖੂਨ ਹੈ ਉਹ ਇਹਨਾਂ ਦਾ ਖੂਨ ਹੀ ਨਹੀਂ ਹੈ ਇਹ ਉਸ ਖੂਨ ਨੂੰ ਵਿਚਾਰ ਕੋਈ ਕਾਰਨ ਕੀ ਹੈਗੇ ਆ ਇਹਦਾ ਕਾਰਨ ਕੀ ਹੈ ਕਿ ਆਪਣਾ ਇੱਕ ਸੁਖਦੇਵ ਸਿੰਘ ਜੀ ਕੀ ਇਹ ਸਮਝਿਆ ਜਾਵੇ ਕਿ ਪੰਜਾਬ ਸਰਕਾਰ ਦੇ ਕੋਲ ਜਿਹੜਾ ਇੱਕ ਜਿਹੜਾ ਇੱਕ ਇੱਕ ਟੀਮ ਹੋਣੀ ਚਾਹੀਦੀ ਹੈ ਜਿਹੜੇ ਆਰਥਿਕ ਮਾਹਿਰ ਹੋਣੇ ਚਾਹੀਦੇ ਆ ਵੀ ਜਿਵੇਂ ਡਾਕਟਰ ਸਾਹਿਬ ਸਵਾਲ ਕਰ ਰਹੇ ਆ ਉਹਦੀ ਕਮੀ ਆ ਪੰਜਾਬ ਸਰਕਾਰ ਦੇ ਕੋਲ ਜਿਸ ਤਰ੍ਹਾਂ ਦੇ ਮੌਜੂਦਾ ਸਮੇਂ ਹਾਲਾਤ ਹੈਗੇ ਆ ਮੈਨੀਫੈਸਟੋ ਦੇ ਵਿੱਚ ਤੁਸੀਂ ਬਹੁਤ ਸਾਰੇ ਵਾਅਦੇ ਕੀਤੇ ਹੋਏ ਆ ਉਹਦੇ ਵਿੱਚੋਂ ਕਿਸਾਨਾਂ ਦਾ ਜਿਹੜਾ ਇੱਕ ਹਿੱਸਾ ਜਿਹੜਾ ਹੈਗਾ ਉਹ ਤੋਂ ਇਲਾਵਾ ਹੋਰ ਤੁਸੀਂ ਕੋਈ ਵਾਅਦਾ ਪੂਰਾ ਨਹੀਂ ਕਰ ਸਕੇ ਜੇ ਨੌਕਰੀਆਂ ਦੀ ਗੱਲ ਕਰੀਏ ਬੜੀ ਲੰਬੀ ਜਿਹੜੀ ਹੁਣ ਪਿੱਛੇ ਬੇਰੁਜ਼ਗਾਰਾਂ ਦੀ ਟੀਮ ਜਿਹੜੀ ਹੈਗੀ ਹੈ ਪੰਜਾਬ ਦੇ 'ਚ ਉਸਰ ਰਹੀ ਹੈ ਤੁਸੀਂ ਆ ਕੱਲ੍ਹ ਹੀ ਦੇਖਿਆ ਬੜੀ ਬੁਰੀ ਤਰ੍ਹਾਂ ਨਾਲ ਲਾਠੀਚਾਰਜ ਕੀਤਾ ਗਿਆ ਜਿਹੜੇ ਬੇਰੁਜ਼ਗਾਰ ਅਧਿਆਪਕ ਆ ਇਹ ਸਾਰੇ ਸੰਕਟ ਨਾਲ ਤੁਹਾਡੀ ਸਰਕਾਰ ਕਿਵੇਂ ਨਿਪਟੇਗੀ ਮੈਨੂੰ ਇਹ ਸਮਝ ਨਹੀਂ ਆ ਰਹੀ ਦੇਖੋ ਮੈਂ ਵੈਸੇ ਨਾ ਇੱਕ ਗੱਲ ਮੈਂ ਉਸ ਗੱਲ ਨੂੰ ਪਸੰਦ ਤਾਂ ਨਹੀਂ ਕਰਦਾ ਪਰ ਜਦੋਂ ਕੋਈ ਅਸੀਂ ਡਿਸਕਸ਼ਨ ਕਰਦੇ ਹਾਂ ਸਾਨੂੰ ਬੈਕ ਪਿੱਛੇ ਤਾਂ ਜਾਣਾ ਪੈਂਦਾ ਜ਼ਰੂਰ ਜਾਓ ਠੀਕ ਅਸੀਂ ਪਿੱਛੇ ਜਦੋਂ ਜਾਂਦੇ ਹਾਂ ਝਾਤੀ ਮਾਰੀਏ ਨਾ ਹੁਣ ਜਿਵੇਂ ਠੀਕ ਹੈ ਇਹ ਸਾਡੇ ਮਹਾਰ ਸਾਹਿਬਾਨ ਕਹਿ ਰਹੇ ਨੇ ਬਿਲਕੁਲ ਗੱਲਾਂ ਠੀਕ ਕਹਿ ਰਹੇ ਨੇ ਪਰ ਮੈਂ ਇੱਕ ਗੱਲ ਦੱਸੋ ਵੀ ਰੇਤਾ ਬਜਰੀ 'ਚ 47 crore ਰੁਪਈਆ ਰੈਵਨਿਊ ਆਉਂਦਾ ਸੀ 400 crore 'ਤੇ ਲੈ ਗਈ ਸਰਕਾਰ ਠੀਕ ਹੈ ਵੀ ਅਸੀਂ ਥੋੜਾ ਬਹੁਤ ਐਪਰੀਸ਼ੀਏਟ ਕਰੀਏ ਨਾ ਵੀ ਜੇ 47 to 400 ਤਾਂ ਲੈ ਕੇ ਹੀ ਗਏ ਨੇ ਨਾ ਸਰ ਮੇਰੀ ਗੱਲ ਸੁਣੋ ਨਾ ਪੂਰੀ ਵੀ ਅਸੀਂ 47 to 400 crore 'ਤੇ ਲੈ ਗਏ ਉਹਨਾਂ ਤੋਂ 47 crore ਰੁਪਈਆ ਆਉਂਦਾ ਸੀ ਹੁਣ 400 crore ਰੁਪਈਆ ਆਉਂਦਾ ਠੀਕ ਹੈ 400 ਤੋਂ ਵੀ ਉੱਪਰ ਦੂਜੀ ਗੱਲ ਫਿਰ ਜਦੋਂ ਅਸੀਂ ਕੁਛ ਕਰਨ ਲੱਗਦੀ ਹੈ ਕੋਈ ਸਰਕਾਰ ਮੈਂ ਹੁਣ
ਮੈਂ ਬਿਲਕੁਲ ਸਰਕਾਰ ਦੇ ਆਏ ਤੋਂ ਜਦੋਂ ਅਸੀਂ ਇਹ ਬੋਲੀ ਕੀਤੀ ਹੈ 400 ਕਰੋੜ ਰੁਪਏ ਤੋਂ ਵੱਧ ਰੈਵਨਿਊ ਆਇਆ ਜਿਹੜਾ ਕਿ ਪਹਿਲਾਂ 47 ਕਰੋੜ ਆਉਂਦਾ ਸੀ 47 ਕਰੋੜ ਹਾਂ ਦੇਖੋ ਕਿੰਨੇ ਪਰਸੈਂਟ ਵਧਿਆ ਤਾਂ ਵਧੀਆ ਹੀ ਹੈ ਨਾ ਘਟਿਆ ਤਾਂ ਨਹੀਂ ਹੈ ਨਾ ਹੈ ਦੂਜੀ ਗੱਲ ਮੈਂ ਬਿਲਕੁਲ ਇੱਕ ਡਾਕਟਰ ਸਾਹਿਬ ਗੱਲ ਕਰ ਰਹੇ ਸੀ ਵੀ ਉਹ ਸਕੂਲਾਂ ਦੀ ਇੱਕ ਕੋਸ਼ਿਸ਼ ਕੀਤੀ ਗਈ ਸਕੂਲਾਂ ਦੇ ਵਿੱਚ ਵੀ ਰੈਸ਼ਨਲਾਈਜੇਸ਼ਨ ਦੀ ਉੱਥੇ ਵੀ ਆ ਕੇ ਪ੍ਰੋਬਲਮ ਆਉਂਦੀ ਹੈ ਉੱਥੇ ਮੈਂ ਇਕੱਲਾ ਨਹੀਂ ਕਹਿੰਦਾ ਵੀ ਇਕੱਲਾ ਦੇਖੋ ਉੱਥੇ ਅਸੀਂ ਤਾਂ ਚਲੋ ਅਸੀਂ ਵੀ ਚਾਹੁੰਦੇ ਹਾਂ ਵੀ ਇੱਕ ਸਕੂਲ ਟੀਚਰ ਨੂੰ 60-60 ਕਿਲੋਮੀਟਰ ਜਾਣਾ ਔਖਾ ਲੱਗਦਾ ਉਹ ਰੈਸ਼ਨਲਾਈਜੇਸ਼ਨ ਦੇ ਨਾਂ 'ਤੇ ਫਿਰ ਕੋਈ ਬੰਦਾ 60-65 ਕਿਲੋਮੀਟਰ ਹੁਣ ਔਨਲਾਈਨ ਕੀਤੀ ਹੈ ਉਹ ਤਾਂ ਕੋਈ ਗੱਲ ਹੀ ਨਹੀਂ ਉਹ ਤਾਂ ਹੁਣ ਕਰਤਾ ਵੀ ਸਾਰੀ ਔਨਲਾਈਨ ਹੈ ਉਹ ਤਾਂ ਉਹਦੇ ਵਿੱਚ ਤਾਂ ਹੁਣ ਪੋਲੀਟੀਕਲ ਇੰਟਰਫਰੈਂਸ ਹੀ ਬੰਦ ਕਰਤਾ ਨਾ ਟ੍ਰਾਂਸਫਰਸ ਦੇ ਵਿੱਚ ਨਹੀਂ ਔਨਲਾਈਨ ਦੇ ਵਿੱਚ ਵੀ ਇਹ ਹੈਗਾ ਨਾ ਵੀ ਸਟੇਸ਼ਨ ਤਾਂ ਫਿਰ ਵੀ ਅਧਿਕਾਰੀਆਂ ਅਤੇ ਕਲਰਕਾਂ ਨੇ ਦੇਣਾ ਨਾ ਜੇ ਆਪਾਂ ਦੁਬਾਰਾ ਤੁਹਾਡੇ ਕੋਲ ਆਊਂਗਾ ਤੁਹਾਨੂੰ ਉਨਾ ਹੀ ਸਮਾਂ ਦਿਆਂਗਾ ਛੋਟੀ ਜਿਹੀ ਬ੍ਰੇਕ ਆ ਬ੍ਰੇਕ ਤੋਂ ਬਾਅਦ ਅਸੀਂ ਆ ਕੇ ਜੇ ਸੁਖਦੇਵ ਸਿੰਘ ਜੀ ਗੱਲਬਾਤ ਆਪਣੀ ਜਾਰੀ ਰੱਖਣਗੇ ਕਿਉਂਕਿ ਮਾਮਲਾ ਬਹੁਤ ਗੰਭੀਰ ਆ ਇਹਦੇ 'ਤੇ ਚਰਚਾ ਜਿਹੜੀ ਹੈਗੀ ਹੈ ਚੰਦ ਸ਼ਬਦਾਂ 'ਚ ਕਰਨੀ ਔਖੀ ਹੈ ਬੜੇ ਤੁਸੀਂ ਸਾਡੇ ਨਾਲ ਅਖੀਰਲੇ ਸੈਗਮੈਂਟ ਦੇ ਵਿੱਚ ਅਸੀਂ ਆ ਕੇ ਸਮਝਣ ਦੀ ਕੋਸ਼ਿਸ਼ ਕਰਾਂਗੇ ਕੀ ਹੱਲ ਹੈਗਾ ਵੀ ਜਾਂ ਨਹੀਂ